पंजाब टॉप न्यूज़ देख रहे तमाम दर्शकों का मैं चरणजीत कौर हार्दिक स्वागत करती हाँ। दिन चढ़ते ही आज जलंधर के प्रथम नागरिक मेयर जगदीश राज राजा के निवास के बाहर निगम की एक जूनियर्स की ओर से रोष जाहिर करते हुए धरना लगा दिया। इस दौरान मेयर विरोधी नारेबाजी शुरू कर दी, जिस पर मेयर खुद धरने में बैठ गए व जूनियन वालों से बातचीत करने लगे। जूनियन नेता विनोद गिल ने कहा कि चंद लोगों ने अली पुल मोहल्ला स्थित पार्क में कब्जा जमाया हुआ है, जिस बारे पहले भी कई बार कब्जा छुड़ाने की मांग कर चुके हैं, लेकिन कोई सुनवाई नहीं, जिस कारण आज धरना लगाना पड़ा है। वहीं प्रदर्शनकारियों को शांत करते हुए मेयर ने शाम को मीटिंग कर समस्या हल का भरोसा दिया। सारे जत्थे मंदिर बुलावांगे फिर असि कही जाते कारवाई करो करो कारवाई उन्होंने खिलाफ नगर निगम का कर्मचारी अपने विभाग वालों कार्रवाई की ना तुम अपने वालों कार्रवाई की कोई जगह के उपर ना उन्होंने सरकारी मुलाजमें की कार्रवाई की क्यों नहीं की पारे का की हाल है तारा कटाइया उन्होंने आप हाले तो ला रहा दफ्तर आज गल होनी है सोलह मल्ले जगह दे दो बेनीफिट तो लेंदा पे
ਇੱਕ ਧੱਕਾ ਕਰਦਾ ਪਿਆ ਨਾਲੇ ਮੱਲੇ ਨਾਲ ਕਰਦਾ ਨਾਲੇ ਕਾਰਪੋਰੇਸ਼ਨ ਨਾਲ ਧੱਕਾ ਕਰਦਾ ਨਾਲ ਨਾ ਜਵਾਬ ਜਗ੍ਹਾ ਦੇ ਸਕਦਾ ਕੋਈ ਜਦੋਂ ਪਿਆਰ ਹੈ ਦਿੰਦਾ ਹਾਂਜੀ ਦੱਸੋ ਕੋਈ ਪਿਆਰ ਨਹੀਂ ਤੁਹਾਨੂੰ ਵੀ ਨਹੀਂ ਮਿਲ ਸਕਦੀ ਜਗ੍ਹਾ ਤੁਹਾਨੂੰ ਵੀ ਨਹੀਂ ਮਿਲ ਸਕਦੀ ਇੱਕ ਮੱਲੇ ਇਹ ਉਹ ਕਾਦੀ ਕੋਲ ਧੱਕਾ ਕਰਦਾ ਤੁਸੀਂ ਇਹ ਤਸਵੀਰ ਮੈਂ ਨਾ ਉਹ ਤੇ ਆਪ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਮੈਸੇਜ ਤਾਂ ਮੈਨੂੰ ਮੈਸੇਜ ਗੱਲ ਕਰਦੇ ਆ ਭਾਈ ਨਾ ਚੱਕ ਬੋਈ ਕਾਦੀ ਕੋਲ ਆਇਆ ਦਫ਼ਤਰ ਆਜੋ 10 ਵਜੇ ਨਹੀਂ ਨਹੀਂ ਨਵੇਂ ਆਈ ਆ ਚਲ ਨਵੇਂ ਤਾਂ ਹੋਣਾ ਹੈ ਨਾ ਆਪਾਂ 6 ਮਹੀਨੇ ਕੋ ਚੱਲਦੇ ਗੱਲ ਖਤਮ ਹੋ ਗਈ ਹੁਣ 6 ਮਹੀਨੇ ਹੋ ਗਏ ਨਾ ਚੱਲਦੇ ਪਏ ਨੂੰ ਕੰਮ ਪਿਛਲੀ ਗੱਲ ਖਤਮ ਹੋ ਨਵੀਂ ਗੱਲ ਚਲੋ ਅਸੀਂ ਆ ਜਾਂਦੇ ਹਾਂ ਸਾਫ ਜੀ 10 ਵਜੇ ਆਏਗੀ ਦੇਖੋ ਅਸੀਂ ਤੁਹਾਡੇ ਕੇ ਬੇਨਤੀ ਕਈ ਵਾਰੀ ਤੁਹਾਨੂੰ ਵੀ ਪਤਾ ਵਾ ਵਿਭਾਗ ਵੱਲੋਂ ਉਹਨਾਂ ਕਰਮਚਾਰੀ ਦੀ ਕਿਉਂ ਨਹੀਂ ਕਾਰਵਾਈ ਹੋ ਰਹੀ ਬਾਈ ਨਹੀਂ ਹੋ ਰਹੀ ਕਮਿਸ਼ਨਰ ਨਹੀਂ ਕੀਤੀ ਹੋਣੀ ਕਮਿਸ਼ਨਰ ਤੁਸੀਂ ਪੁੱਛ ਸਕਦੇ ਸਰ ਆਉਂਗੇ ਵੀ ਸ਼ਾਇਦ ਤੇ ਮੇਅਰ ਸਾਹਿਬ ਆ ਅੱਜ ਮਾਨ ਭਾਈ ਅੱਜ ਮੇਅਰ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਇਆ ਕਿਉਂ ਲਾਇਆ ਸੀਗਾ ਇਹਦਾ ਧਰਨਾ ਮੇਰਾ ਨਾਮ ਹੈ ਬਰੌਂਦ ਗਿੱਲ ਮੇਰਾ ਨਾਮ ਸਲਾਮ ਦਾ ਮੱਲੇ ਪ੍ਰਧਾਨ ਮੈਂ ਇਹ ਧਰਨਾ ਤਾਂ ਲਾਇਆ ਇਹਦਾ ਮੇਅਰ ਸਾਹਿਬ ਸਾਨੂੰ 6 ਮਹੀਨੇ ਹੋ ਗਏ ਆ ਇਹੀ ਕਹਿੰਦੇ ਕੰਮ ਹੋ ਜਾਂਦਾ ਹੋ ਜਾਂਦਾ ਐਂਡ ਅਸੀਂ ਧਰਨਾ ਤਾਂ ਲਾਇਆ ਮੇਅਰ ਦੀ ਕੋਠੀ ਦੇ ਅੱਗੇ ਮੇਅਰ ਸਾਹਿਬ ਨੂੰ ਸਾਨੂੰ ਅੱਜ ਇਹ ਕਹਿ ਦਿੱਤਾ ਕਮਿਸ਼ਨ ਸਾਹਿਬ ਨਾਲ 3 ਵਜੇ ਦਾ ਟਾਈਮ ਆ 3 ਵਜੇ ਜੋ ਫੈਸਲਾ ਆਊਗਾ ਅਸੀਂ ਉਹ ਦੱਸ ਦਊਗੇ ਮੀਡੀਆ ਨੂੰ ਆਹ ਫੈਸਲਾ ਕੀ ਮੁੱਦਾ ਕੀ ਹੈ ਮੇਨ ਮੁੱਦਾ ਸਾਡੀ ਪਦਕ ਦਾ ਪਦਕ ਕਦੋਂ ਸਾਡੀ ਤਿਆਰ ਹੋ ਜੀ ਸਾਡਾ ਕੋਲ ਫੈਸਲਾ ਹੈ ਸਾਡਾ ਕਿ ਪਾਰਕ 'ਤੇ ਕਿਸੇ ਕਬਜ਼ਾ ਕੀਤਾ ਹਾਂਜੀ ਹਾਂਜੀ ਇੱਕੋ ਹੀ ਘਰ ਦਾ ਕਿਹੜਾ ਧਸਵਣਾ ਬੈਠਾ ਪਿਆ ਇੱਕ ਬਬਲੂ ਸਿਵਲ ਮੈਨ ਆ ਉਹ ਹੀ ਆ ਸਾਰਾ ਕੰਮ ਕਰਦਾ ਪਿਆ ਇੱਕ ਪਵਨ ਬਾਬਾ ਆ ਤੁਹਾਡਾ ਕਹਿੰਦਾ ਮਤਲਬ ਕਿ ਉੱਥੇ ਪਾਰਕ ਬਣਨੀ ਚਾਹੀਦੀ ਹੈ ਹਾਂਜੀ ਸਾਡਾ ਕੰਮ ਇਹ ਪਾਰਕ ਬਣਨੀ ਚਾਹੀਦੀ ਬਾਕੀ ਜੋ ਫੈਸਲਾ 3 ਵਜੇ ਹੋਣਾ ਕਮਿਸ਼ਨਰ ਸਾਹਿਬ ਮੇਲ ਨਾਲ ਜੋ ਹੋਊਗਾ ਤੁਹਾਨੂੰ 3 ਵਜੇ ਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਜੁੜੋ ਰਹੋ ਪੀਟਨ ਪੰਜਾਬ ਟਾਪ ਨਿਊਜ਼ ਦੇ ਨਾਲ।